अस्सलाम वालेकुम नाजरीन, मैं थोड़ा अपना कमर बास मुगल जी। असी अज आए हाँ, साढ़े एक दोस्त ने उन्होंने डेरे ते सी आए हाँ। असी जनाब अज इन्हों ये पूछन लगे हाँ, क्या है मुंजी शुंजी लवाते ने पे, कितनी कु मुंजी लग गई ने या कितनी कु लानी ने या की कु हिसाब किताब है मुंजी का, अज असी इन्हों को गलबात कर। अस्सलाम वालेकुम जी, क्या हाल ने जनाब, ठीक हो? शुक्र अलहमदुल्ला जनाब, तुसी सुनाओ? मालिक दी जात दा शुक्र है जनाब, ठीक ठाक। और डेरे डंगे दा सुनाओ? अलहमदुल्ला, दुआ करते। मुंजी शुंजी लग गई है या ला रहे हो जे? मुंजी भाईजान हले ला रहे हैं, ठीक है, मुकम्मल नहीं लाई क्योंकि तेल बहुत महंगा है। कितनी को लाई जे? हले ये 8 किले लाई है, 22 किले रहंदी है। 22 किले रहंदी, यानी टोटल 3 किले तुसी लाने दा इरादा तुहाडा? जी बिल्कुल, टोटल 3 किले। ਤੇ ਜਿਨ੍ਹਾਂ ਚੋਂ 8 ਕਿੱਲੇ ਲੱਗ ਗਈ ਹੈ, 8 ਕਿੱਲੇ ਲੱਗ ਗਈ, ਤੇ ਅਗਲੇ 22 ਕਿੱਲਿਆਂ ਦਾ ਕੀ ਇਰਾਦਾ ਹੈ? ਉਹ ਜੀ ਵੇਖ ਰਹੇ ਹਾਂ ਬਾਰਿਸ਼ ਹੋਵੇ। ਅੱਛਾ, ਤੇ ਫਿਰ ਹੀ ਲਗਾਉਣੀ ਹੈ ਕਿਉਂਕਿ ਤੇਲ ਬਹੁਤ ਮਹਿੰਗਾ ਹੈ, ਤੇਲ ਵਾਲਿਆਂ ਨੇ ਸਾਡਾ ਵੀ ਤੇਲ ਕੱਢ ਦਿੱਤੇ ਹੈ ਇਸ ਹਕੂਮਤ ਨੇ। ਯਾਨੀ ਕਿ ਇਤਨਾ ਕੁ ਮਹਿੰਗਾ ਤੇਲ ਹੋ ਗਿਆ ਹੈ ਕਿ ਤੇਲ ਦਾ ਨਾਂ ਸੁਣ ਸੁਣ ਕੇ ਤੁਹਾਡਾ ਆਪਣਾ ਤੇਲ ਨਿਕਲਦਾ ਹੈ। ਜਿਹੜੀ ਇਹ ਲੱਗੀ ਜੇ ਵੀ 8 ਕਿੱਲੇ ਜਿਹੜੇ ਮਤਲਬ ਅਸੀਂ ਬਾਰਿਸ਼ ਹਾਂ 8 ਕਿੱਲੇ ਜੇ ਲੱਗੀ ਹੈ, 8 ਕਿੱਲੇ, ਯਾਨੀ ਕਿ ਇਹ ਅੱਗੇ ਤੁਹਾਡੇ ਸਾਰੇ ਰਹਿੰਦੀ ਲਾਣ ਵਾਲੀ ਜੀ, ਬਾਕੀ ਸਾਰੇ 22 ਕਿੱਲੇ ਜੀ, ਇਹ ਪੱਠੇ ਵੀ ਤੁਹਾਡੇ ਨਾ ਜੀ। ਇਹ ਮੇਰੇ ਹਾਲ ਹੈ, ਤੁਸੀਂ ਕੋਈ 75 ਹੀ ਲਾਏ ਨੇ, ਛੋਟੇ ਛੋਟੇ ਨੇ ਜੇ, ਕਾਫੀ ਜਵਾਰਾਂ ਅੱਜ ਕੱਲ੍ਹ ਤਾਂ ਵੱਡੀਆਂ ਵੱਡੀਆਂ ਹੋਈਆਂ ਨੇ, ਤੁਹਾਡੀ ਜਵਾਰ ਛੋਟੀ ਛੋਟੀ ਨਹੀਂ? ਉਹ ਦੂਸਰੀ ਸਾਈਡ ਤੇ ਉਹ ਵੱਢ ਲੈਣ ਪਾ ਲੈਣੇ ਤੇ। ਅੱਛਾ, ਇਹ ਬਾਅਦ ਚ ਲਾਈ ਹੈ ਨਾ? ਲੇਟ? ਹਾਂ ਜੀ, ਇਹ ਲੇਬਰ ਆ ਗਈ ਜਨਾਬ ਤੁਹਾਡੇ ਸਾਹਮਣੇ ਜੀ। ਜੀ, ਇਹ ਉਤਾਰ ਰਹੇ ਨੇ, ਠੀਕ ਹੈ, ਲਾਭ। ਅੱਛਾ, ਲਾਭ ਉਤਾਰ ਕੇ ਨਾ ਮਤਲਬ ਇੱਥੇ ਲਗਾਣੀ? ਇਹ ਲਾਭ ਮੇਰੇ ਖਿਆਲ ਨਾਲ ਬੜੀ ਦੂਰੋਂ ਲੈ ਕੇ ਆਇਓ, ਜਿਹੜਾ ਟਰਾਲੀ ਤੇ ਲਾ ਜਾ, ਕਿਉਂਕਿ ਨਜ਼ਦੀਕ ਤਰੀਨ ਹੁੰਦੀ ਤੇ ਤੁਸੀਂ ਵੈਸੇ ਹੀ ਚੁੱਕ ਲਿਆਉਣੀ ਸੀ। ਬਿਲਕੁਲ ਬਿਲਕੁਲ। ਤੇ ਇਹ ਕਿੱਥੋਂ ਲੈ ਕੇ ਆਏ ਹੋ? ਇਹ ਨਾਲ ਆਪਣਾ ਪਿੰਡ ਉੱਥੋਂ ਆਉਂਦੀ ਹੈ। ਅੱਛਾ, ਤੇ ਇਹ ਲਾਂਦੇ ਕੋਈ ਨਹੀਂ ਪਿਆ ਅੱਜ? ਇਹ ਫਸਟ ਟਾਈਮ ਲਾਂਦੇ ਨੇ, ਸੈਕੰਡ ਟਾਈਮ ਜਿਹੜੀ ਲਾ ਪੱਟ ਕੇ ਲਿਆਉਂਦੇ ਨੇ। ਹੁਣ ਸਵੇਰ ਇਹਨਾਂ ਕਿਹੜੀ ਲਾਣੀ? ਸਵੇਰ ਨਾ ਇਹ ਲਗਾਣੀ ਹੈ। ਇਹ ਵਹਾਓ ਜੀ, ਇਹ ਪਰਾਂ ਵਹਾਓ ਜੀ, ਇਹ ਲਾਣੀ ਨੇ ਸਵੇਰ। ਇਹ ਲਾਭ ਹੈ ਜੀ, ਵੇਖੋ ਜੀ ਕਿੱਡੀ ਸੋਹਣੀ ਲਾਭ ਹੈ, ਕਿਤਨਾ ਕੱਦ ਹੈ ਲਾਭ ਦਾ, ਮਾਸ਼ਾਅੱਲਾ ਜੀ, ਬਹੁਤ ਅੱਛੀ ਲਾਭ ਹੈ। ਇਹ ਜਨਾਬ ਸੁਪਰ ਬੀਜ ਹੈ। ਸੁਪਰ, ਠੀਕ ਹੋ ਗਿਆ। ਚਲੋ ਜੀ, ਅੱਲਾ ਦੀ ਜ਼ਾਤ ਤੁਹਾਨੂੰ ਇਹਦੇ ਵਿੱਚੋਂ ਮੁਨਾਫਾ ਤੁਹਾਨੂੰ ਦੇਵੇ। ਜੇ ਹਕੂਮਤ ਰਹੀ ਤੇ ਫਿਰ ਨਹੀਂ ਹੈ, ਫਿਰ ਕੋਈ ਨਹੀਂ ਉਮੀਦ ਹੈ, ਫਿਰ ਉਮੀਦ ਕੋ ਨਹੀਂ, ਫਿਰ ਅਸੀਂ ਸਾਡੇ ਲੱਖ ਟੁੱਟ ਜਾਣਗੇ। ਬਿਲਕੁਲ ਜੀ, ਇਹਨੇ ਲੱਖ ਤਰੋੜ ਕੇ ਰੱਖ ਦਿੱਤਾ ਇਸ ਹਕੂਮਤ ਨੇ। ਤੇ ਹੋਰ ਕੋਈ ਸੁਣਨੇ ਵਾਲਿਆਂ ਨੂੰ ਕੋਈ ਪੈਗਾਮ? ਸੁਣਨੇ ਵਾਲਿਆਂ ਨੂੰ ਪੈਗਾਮ ਇਹ ਕਿ ਹਕੂਮਤ ਅੱਗੇ ਅਪੀਲ ਕਰਨ ਕਿ ਜਿਹੜਾ ਆਵਾਮ ਤੇ ਥੋੜਾ ਰਹਿਮ ਕਰਨ, ਠੀਕ ਹੈ, ਹਾਂ, ਬੋਝ ਘੱਟ ਕਰਨ, ਜਾਂ ਆਵਾਮ ਤੋਂ ਬੋਝ ਘੱਟ ਕਰਨ, ਠੀਕ ਹੈ। ਇਹ ਜਿਹੜਾ ਅੱਗੇ ਇਹ ਤੇਲ ਹੈ ਜਿਹੜਾ ਅਸੀਂ ਡਰਮ 200 ਲੀਟਰ ਜਿਹੜਾ ਤੇਲ ਹੈ ਨਾ, ਉਹ ਅਸੀਂ ਭਾਈਜਾਨ 21-22 ਹਜ਼ਾਰ ਰੁਪਏ ਦਾ ਲਿਆਉਂਦੇ, ਹੁਣ ਉਹ ਹੀ ਡਰਾਮੇ ਤੇਲ ਦਾ ਜਿਹੜਾ ਮਤਲਬ ਸਾਨੂੰ ਲਿਆਉਣਾ ਪਏ ਹੈ 55-60 ਹਜ਼ਾਰ ਵਿੱਚ। ਹਾਂਜੀ, 20-22 ਹਜ਼ਾਰ ਕਿੱਥੇ ਤੇ 55-60 ਹਜ਼ਾਰ ਕਿੱਥੇ? ਆਵਾਮ ਅੱਗੇ, ਯਾਨੀ ਕਿ ਬਹੁਤ ਵੱਡਾ ਬੰਬ ਡਿੱਗ ਪਿਆ ਜੀ। ਜੀ ਬਿਲਕੁਲ, ਕਿ ਆਵਾਮ ਅੱਗੇ ਹੀ ਪੀ ਲੈ ਕੇ ਜਿਹੜਾ ਇਸ ਹਕੂਮਤ ਅੱਗੇ ਨਾ ਹੱਥ ਜੋੜ ਲਿਆ ਕਿ ਮਿਹਰਬਾਨੀ ਕਰੇ ਜਾਓ, ਆਪਣੇ ਘਰ ਜਾਓ, ਸਾਨੂੰ ਵੀ ਜੀਣ ਦਿਓ ਅਤੇ ਆਪ ਵੀ ਸਕੂਨ ਕਰੋ। ਜੀ ਜੀ ਬਿਲਕੁਲ ਬਿਲਕੁਲ ਜਾ, ਅਤੇ ਹਾਲਾਤ ਬਹੁਤ ਟਾਈਟ ਕਰ ਦਿੱਤੇ ਨੇ ਇਸ ਹਕੂਮਤ ਨੇ ਮਹਿੰਗਾਈ ਦੀ ਵਜ੍ਹਾ ਤੋਂ। ਵੇਖੋ ਜੀ, ਗਰੀਬ ਬੰਦੇ ਦਾ ਕੋਈ ਜੀਵਨ ਨਹੀਂ ਰਹਿ ਗਿਆ। ਬਿਲਕੁਲ, ਗਰੀਬ ਬੰਦਾ ਥਾਂ ਮਾਰ ਛੜਿਆ ਇਸ ਹਕੂਮਤ ਨੇ, ਕੋਈ ਜੀਵਨ ਜੋਗਾ ਛੱਡੇ ਨਹੀਂ, ਨਾ ਕੋਈ ਟੁੱਕਰ ਖਾਣ ਜੋਗਾ, ਨਾ ਕੋਈ ਉਹ ਬੱਚਿਆਂ ਨੂੰ ਕੋਈ ਕੱਪੜਾ ਜੁੱਤੀ ਲੈ ਕੇ ਦੇਣ ਜੋਗਾ, ਇੱਥੋਂ ਤੱਕ ਕਿ ਇੱਕ ਟਾਈਮ ਦਾ ਟੁੱਕਰ ਨਹੀਂ ਪੂਰਾ ਕਰ ਸਕਦਾ ਗਰੀਬ ਬੰਦਾ। ਜੀ ਨਾਜ਼ਰੀਨ, ਇਹ ਵੇਖੋ ਜਨਾਬ, ਇਹ ਬਲੋਚਿਸਤਾਨ ਤੋਂ ਬੰਦੇ ਆਏ ਨੇ ਮੁੰਜੀ ਲਾਉਣ। ਇਹ ਦੇਖੋ ਜੀ, ਪ੍ਰਦੇਸ਼ਾਂ 'ਚ ਕੀ ਕੁਝ ਕਰਨਾ ਪੈਂਦਾ, ਰੋਟੀਆਂ ਖੁਦ ਪਕਾ ਰਹੇ ਨੇ। ਅੱਛਾ, ਮਹਿੰਗਾ ਹੋ ਗਿਆ ਤੇਲ, ਮਹਿੰਗਾ ਹੋ ਗਿਆ ਡੀਜ਼ਲ, ਮਹਿੰਗਾ ਹੋ ਗਿਆ। ਇਮਰਾਨ ਖਾਨ ਸਹੀ ਹੈ ਸਰ, ਇਮਰਾਨ ਖਾਨ ਚਾਹੀਏ, ਇਮਰਾਨ ਖਾਨ ਸਹੀ ਹੈ ਸਰ। ਜੀ ਨਾਜ਼ਰੀਨ, ਮੈਂ ਤੁਹਾਡਾ ਆਪਣਾ ਕਮਰਬਾਸ ਮੁਗਲ, ਇਹ ਆਈ ਸਾਡੀ ਅੱਜ ਦੀ ਵੀਡੀਓ। ਇਸ ਤੋਂ ਅੱਗੇ ਜਨਾਬ ਅਗਲੀ ਵੀਡੀਓ ਤੱਕ ਸਾਨੂੰ ਦਿਓ ਇਜਾਜ਼ਤ, ਅੱਲਾ ਸੋਹਣੇ ਦੇ ਵਾਲੇ, ਰੱਬ ਰਾਖਾ।